ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ। ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਪ ਸਭ ਦੇ ਨਾਲ ਸਾਂਝੀ ਕਰਨ ਲੱਗੇ ਹਾਂ। ਜਿੱਥੇ ਗਰਮੀ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੇਖੀ ਜਾ ਰਹੀ ਹੈ, ਤਪਸ਼ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਸੋ ਹੁਣ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਜਿੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਰੈੱਡ ਔਰ ਔਰੇਂਜ ਅਲਰਟ ਜਾਰੀ ਕੀਤਾ ਗਿਆ, ਉਸ ਦੇ ਨਾਲ ਨਾਲ ਮਾਝੇ ਔਰ ਦੁਆਬੇ ਦੇ ਕਈ ਖੇਤਰ ਨੇ ਜਿੱਥੇ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਬਾਰਿਸ਼ ਤੋਂ ਬਾਅਦ ਕਿਹਾ ਜਾ ਰਿਹਾ ਕਿ 2 ਤੋਂ 3 ਡਿਗਰੀ ਤਾਪਮਾਨ ਜਿਹੜਾ ਉਹ ਗਿਰ ਸਕਦਾ ਹੈ, ਰਾਹਤ ਮਿਲੇਗੀ ਮਾਝੇ ਔਰ ਦੁਆਬੇ ਦੇ ਕੁਝ ਇਲਾਕਿਆਂ ਨੂੰ। ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮਾਨਸਾ, ਬਰਨਾਲਾ ਔਰ ਲੁਧਿਆਣਾ ਦੇ ਵਿੱਚ ਔਰੇਂਜ ਅਲਰਟ ਜਾਰੀ ਹੋਇਆ। ਸੋ ਮਾਲਵੇ ਦੇ ਇਹ ਸਾਰੇ ਇਲਾਕੇ ਨੇ ਜਿੱਥੇ ਹੀਟ ਵੇਵਸ ਨੂੰ ਲੈ ਕੇ ਅਲਰਟ ਜਾਰੀ ਹੋਇਆ। 6 ਜ਼ਿਲ੍ਹੇ ਅਜਿਹੇ ਨੇ ਮਾਲਵੇ ਦੇ ਜਿੱਥੇ ਹਲਕੀ ਬੂੰਦਾਬਾਂਦੀ ਔਰ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਵੱਡਾ ਅਪਡੇਟ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਜਿਹੜੇ ਲੋਕ ਨੇ, ਉੱਤਰੀ ਭਾਰਤ ਦੇ ਜਿਹੜੇ ਲੋਕ ਨੇ, ਗਰਮੀ ਦੇ ਨਾਲ ਤਰਾਹ ਤਰਾਹ ਕਰ ਰਹੇ ਸਨ, ਪਰ ਹੁਣ ਕਿਹਾ ਜਾ ਰਿਹਾ ਕਿ 6 ਜੂਨ ਤੋਂ ਬਾਅਦ 2 ਦਿਨ ਰਾਹਤ ਜਿਹੜੀ ਹੈ ਮਿਲ ਸਕਦੀ ਹੈ। 5 ਔਰ 6 ਜੂਨ ਨੂੰ ਕਿਹਾ ਜਾ ਰਿਹਾ ਕਿ ਹਲਕੀ ਬਾਰਿਸ਼ ਹੋ ਸਕਦੀ ਹੈ, ਬੱਦਲਬਾਈ ਹੋ ਸਕਦੀ ਹੈ, ਜਿਸ ਤੋਂ ਬਾਅਦ ਬਾਰਿਸ਼ ਦੇ ਨਾਲ ਕੁਝ ਤਾਪਮਾਨ ਵੀ ਗਿਰੇਗਾ, 2 ਤੋਂ 3 ਡਿਗਰੀ ਤਾਪਮਾਨ ਜਿਹੜਾ ਘਟੇਗਾ। ਸੋ ਲਗਾਤਾਰ ਕਈ ਦਹਾਕਿਆਂ ਦੇ ਰਿਕਾਰਡ ਤੋੜ ਰਿਹਾ ਸੀ ਵੱਧਦਾ ਤਾਪਮਾਨ।